ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ਬੂ ਨੰਦਾ, ਡਾਇਰੈਕਟਰ ਲੀਗਲ ਨੈਨੀ ਸਰਵਿਸਿਜ਼। ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ। ਸੋ ਆਏ ਦਿਨ ਬਹੁਤ ਸਾਰੇ ਵੀਜ਼ਾਸ ਵਧੀਆ ਵਧੀਆ ਆ ਰਹੇ ਹੈ, ਫੀਡਬੈਕ ਬਹੁਤ ਵਧੀਆ ਵਧੀਆ ਆ ਰਹੇ ਹੈ। ਸੋ ਇਹ ਕਲਾਇੰਟ ਨੇ ਸਾਡੇ ਤੋਂ ਗੰਗਾਨਗਰ ਤੋਂ ਅੱਜ ਇਹਨਾਂ ਦੇ ਵੀਜ਼ਾ ਤਿੰਨੋਂ ਫੈਮਿਲੀ ਮੈਂਬਰ ਦੇ ਸਟੈਂਪ ਹੋ ਕੇ ਆਏ ਆ ਨੈਨੀ ਵੀਜ਼ਾਸ 'ਤੇ। ਸੋ ਮੈਂ ਛੋਟਾ ਜਿਹਾ ਇੱਕ ਫੀਡਬੈਕ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਮ ਮੇਰੇ ਨਾਲ ਇਮੋਸ਼ਨਲੀ ਬਹੁਤ ਅਟੈਚ ਨੇ, ਔਰ ਸਪੈਸ਼ਲੀ ਇਹਨਾਂ ਦਾ ਇੱਕ ਤੋਂ ਹੀ ਰੈਕਮੈਂਡੇਸ਼ਨ ਹੁੰਦੀ ਸੀ ਫੋਨ 'ਤੇ, ਸਿਰਫ ਮੇਰਾ ਵੀਜ਼ਾ ਲਵਾ ਦਿਉ, ਮੇਰਾ ਵੀਜ਼ਾ ਲਵਾ ਦਿਉ। ਔਰ ਬਹੁਤ ਸਾਰੇ ਆਫਿਸਿਸ 'ਚ ਇਹਨਾਂ ਨੇ ਵਿਜ਼ਿਟ ਵੀ ਕੀਤਾ। ਸੋ ਸਾਡੇ ਇੱਥੇ ਇਹਨਾਂ ਨੂੰ ਆ ਕੇ ਸੈਟਿਸਫੈਕਸ਼ਨ ਹੋਈ ਹੈ ਜਾਂ ਨਹੀਂ, ਇਹ ਥੋੜ੍ਹਾ ਜਿਹਾ ਮੈਡਮ ਦੀ ਮੂੰਹੋਂ ਸੁਣਨਾ ਚਾਹੁੰਦੀ ਹਾਂ। ਥੈਂਕ ਯੂ। ਜਿਵੇਂ ਤੁਸੀਂ ਕਿਸੇ ਵੀ ਆਫਿਸ 'ਚ ਵਿਜ਼ਿਟ ਕਰਦੇ ਸੀ ਤੇ ਉਹ ਤੁਹਾਨੂੰ ਨੈਨੀ ਵੀਜ਼ਾ ਬਾਰੇ ਡਿਟੇਲ ਨਹੀਂ ਸੀ ਦਿੰਦੇ, ਕੋਈ ਡਿਟੇਲ ਨਹੀਂ ਸੀ, ਪ੍ਰੋਪਰ ਕੋਈ ਡਿਟੇਲ ਨਹੀਂ ਦੇ ਰਹੇ ਸੀਗੇ। ਤੁਹਾਨੂੰ ਸਪੌਂਸਰ ਲੈਣ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ? ਸਪੌਂਸਰ ਲੈਣ ਬਹੁਤ ਈਜ਼ੀ ਸੀਗਾ, ਔਰ ਮੈਮ ਖਰਚਾ ਬਿਲਕੁਲ ਘੱਟ ਸੀਗਾ ਕਿ ਆਪਾਂ ਜਿੰਨਾ ਮਲੇਸ਼ੀਆ ਸਿੰਗਾਪੁਰ ਜਾ ਕੇ ਆਪਾਂ ਆ ਸਕਦੇ ਹਾਂ, ਇੰਨੇ ਖਰਚੇ ਦੇ ਵਿੱਚ ਸਾਡਾ ਤਿੰਨਾਂ ਦਾ ਫੈਮਿਲੀ ਵੀ ਜਾ ਰਹੀ ਹੈ। ਜਿੰਨਾ ਵੀ ਹੋ ਸਕੇ ਨਾ ਅਸੀਂ ਆਪਣੇ ਕੋਲੋਂ ਪੂਰੀ ਹੈਲਪ ਕਰ ਸਕੀਏ, ਠੀਕ ਹੈ, ਔਰ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ ਜਿੱਦਾਂ ਵੀ ਤੁਸੀਂ ਸਾਡੇ ਤੋਂ ਜਦੋਂ ਵਿਜ਼ਿਟ ਕੀਤਾ ਤੁਹਾਡੇ ਕੋਲ ਸਪੌਂਸਰ ਵਗੈਰਾ ਵੀ ਕੁਛ ਨਹੀਂ ਸੀ, ਤੁਹਾਡੀ ਇੰਟਰਵਿਊ ਪ੍ਰੈਪਰੇਸ਼ਨ 'ਚ ਕੋਈ ਪ੍ਰੋਬਲਮ ਆਈ ਹੋਵੇ ਆਫਿਸ 'ਚ? ਕਲਾਸਿਸ ਪ੍ਰੋਪਰ ਲੱਗੀਆਂ? ਪ੍ਰੈਕਟੀਕਲ ਕਲਾਸਿਸ? ਓਕੇ। ਸੋ ਹੁਣ ਮੈਡਮ ਜਲਦੀ ਜਲਦੀ ਜਾ ਰਹੇ ਨੇ ਕੈਨੇਡਾ, ਗੰਗਾਨਗਰ 'ਚ ਜਿਵੇਂ ਕਿ ਮੈਮ ਨੇ ਦੱਸਿਆ ਕੋਈ ਇੰਸਟੀਟਿਊਟ ਨਹੀਂ ਹੈ ਨੈਨੀ ਦਾ, ਔਰ ਵਧੀਆ ਵਧੀਆ ਕਲਾਇੰਟ ਰੈਫਰ ਕਰਨਗੇ ਸਾਨੂੰ। ਸੋ ਔਰ ਬਹੁਤ ਵਧੀਆ ਲੱਗਦਾ ਜਦੋਂ ਕੋਈ ਕਲਾਇੰਟ ਇੰਨੀ ਦੂਰੋਂ ਚੱਲ ਕੇ ਆ ਕੇ ਆਪਣੀ ਸਕਸੈਸ ਨੂੰ ਲੈ ਕੇ ਜਾਂਦਾ ਸਾਡੇ ਕੋਲੋਂ। ਸੋ ਅਸੀਂ ਤਾਂ ਇਹੀ ਚਾਹਵਾਂਗੇ ਅੱਗੇ ਤੁਹਾਡਾ ਫਿਊਚਰ ਬਹੁਤ ਬਹੁਤ ਵਧੀਆ ਰਹੇ। ਹਸਬੈਂਡ ਐਂਡ ਵਾਈਫ ਦਾ ਜਿਹੜਾ ਵੀਜ਼ਾ ਹੈ, ਹਸਬੈਂਡ ਦਾ ਵੀਜ਼ਾ ਓਪਨ ਵਰਕ ਪਰਮਿਟ ਰਿਹਾ, ਮੈਡਮ ਦਾ ਨੈਨੀ ਵੀਜ਼ਾ, ਮੈਮ ਮੇਨ ਐਪਲੀਕੈਂਟ ਸੀ, ਔਰ ਇਹਨਾਂ ਦੇ ਬੱਚੇ ਦਾ ਸਟੱਡੀ ਵੀਜ਼ਾ ਨਾਲ ਹੀ ਲੱਗ ਕੇ ਆਇਆ। ਸੋ ਸਰ ਤੁਸੀਂ ਦੱਸੋ ਤੁਹਾਡਾ ਕਿਹੋ ਜਿਹਾ ਰਿਹਾ ਇੱਥੇ ਦਾ ਫੀਡਬੈਕ? ਮੈਮ ਬਹੁਤ ਵਧੀਆ ਜੀ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੋਵੇ? ਕੋਈ ਪ੍ਰੋਬਲਮ? ਤੁਸੀਂ ਦੇਖਿਆ ਸੀ ਗੁਰਪ੍ਰੀਤ ਸਾਡੇ ਬਾਰੇ ਕਿੱਥੋਂ ਦੇਖਿਆ ਸੀ? ਔਨਲਾਈਨ ਦੇਖ ਕੇ ਹੋਇਆ, ਟਰਸਟ ਹੋ ਗਿਆ? ਹਾਂਜੀ ਮੈਮ, ਟਰਸਟ ਹੋ ਗਿਆ ਮੈਮ। ਸਟਾਫ ਨੇ ਇੰਨਾ ਸਾਡੀ ਮਤਲਬ ਹੈਲਪ ਕੀਤੀ ਆ, ਜੀ ਤੁਹਾਡੇ ਨਾਲ ਮਿਲੇ ਹਾਂ ਮੈਮ, ਤੁਸੀਂ ਸਾਨੂੰ ਮਤਲਬ ਈਜ਼ੀਲੀ ਸਾਰਾ ਕੁਝ ਕੈਨੇਡਾ ਜਾਣਾ ਚਾਹੁੰਦੇ ਹੋ, ਸਾਡੇ ਸਟੇਟ ਦੇ ਦਿੱਤੇ ਹੋਏ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ, ਆਪਣੀ ਫਾਈਲ ਦੀ ਫ੍ਰੀ ਅਸੈਸਮੈਂਟ ਕਰਵਾ ਸਕਦੇ ਹੋ। ਆਈ ਹੋਪ ਕਿ ਅਸੀਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਵਾਂਗੇ। ਜੇ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਸਕਰੀਨ 'ਤੇ ਦਿੱਤੇ ਹੋਏ ਨੰਬਰਸ 'ਤੇ ਜ਼ਰੂਰ ਕੰਟੈਕਟ ਕਰੋ। ਥੈਂਕ ਯੂ ਸੋ ਮਚ।